ਬੰਦਾ ਵੀ ਸੇਵਾ ਰੋਕ ਰਹੇ ਹੋ ਮੇਰਾ ਕੀ ਜਾ ਰਿਹਾ ਕਰਦੇ ਅਸੀਂ ਘਰ ਬਹਿ ਜਾਂਦੇ ਸਰ ਇਹ ਰਿਸਪੈਕਟ ਕਰਨ ਲਈ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਉਹਨਾਂ ਦੀ ਰਿਸਪੈਕਟ ਨਾ ਕਰੋ ਪਰ ਤੁਸੀਂ ਮਾਨ ਨਹੀਂ ਕਰ ਸਕਦੇ ਮੈਨੂੰ ਮੈਨੂੰ ਬਾਅਦ ਦੁਬਾਰਾ ਬੁਲਾ ਕੇ ਮੈਂ ਐਸੇ ਕੰਮ ਮੰਗਣੇ ਮਾਮਲਾ ਜੀ ਗਿੱਲ ਨਹਿਰ ਤੋਂ ਰੋਕ ਕੇ ਮੇਰੇ ਨਾਲ ਪਹਿਲਾਂ ਮਿਸਬਿਹੇਵ ਕੀਤਾ ਗਿਆ ਮੈਂ ਪਾਸ ਦਿਖਾਉਣ ਦੇ ਬਾਵਜੂਦ ਇਸ ਆਪਣੇ ਹੀ ਪਾਸ ਨੂੰ ਨਹੀਂ ਮੰਨਦੇ ਇਹ ਡਿਜੀਟਲ ਪਾਸ ਹੈ ਜਿਹੜਾ ਰਾਤ ਨੂੰ ਜਾਰੀ ਹੋਇਆ ਸੀਗਾ ਇਹ 7 ਦਿਨ ਲਈ ਸਾਡਾ ਪਾਸ ਜਾਰੀ ਹੈ ਕਿਉਂਕਿ ਉਹਨਾਂ ਨੂੰ ਸੀਪੀ ਸਾਹਿਬ ਆਫਿਸ ਤੋਂ ਮਿਲਿਆ ਮੈਨੂੰ ਇਹ ਮੇਰੇ ਮੋਬਾਈਲ 'ਤੇ ਲਿੰਕ ਆਉਂਦੇ ਆ ਲਿੰਕ ਖੋਲ ਕੇ ਪਾਸ ਬਣਦਾ ਅਤੇ ਪਰ ਇਹ ਇਸ ਪਾਸ ਨੂੰ ਵੀ ਨਹੀਂ ਮੰਨਿਆ ਉਲਟਾ ਜਲੀਲ ਕੀਤਾ ਗਿਆ ਮੈਨੂੰ ਸ਼ਿਮਲਾਪੁਰੀ ਥਾਣੇ ਲਿਆ ਕੇ ਕਹਿੰਦੇ ਤੁਹਾਡੇ 'ਤੇ ਪਰਚਾ ਦਰਜ ਕੀਤਾ ਜਾਏਗਾ ਹੁਣ ਜਦੋਂ ਸਾਰੇ ਡਾਕੂਮੈਂਟ ਇਹਨਾਂ ਨੇ ਦੇਖ ਲਏ ਅਤੇ ਉਹਨਾਂ ਨੂੰ ਪਤਾ ਵੀ ਅਸੀਂ ਝੂਠੇ ਪੈ ਚੁੱਕੇ ਹਾਂ ਅਤੇ ਹੁਣ ਆਪਣੀ ਗੱਲ ਤੋਂ ਭਜਣਾ ਚਾਹੁੰਦੇ ਆ ਅਤੇ ਹੁਣ ਕਹਿੰਦੇ ਜੀ ਤੁਸੀਂ ਚੱਲ ਜਾਓ ਕੁਛ ਦਿਨ ਦਾ ਸੇਵਾ ਕਰੋ ਕਿਹੜੀ ਜਗ੍ਹਾ ਗੱਡੀ ਰੋਕੀ ਗਈ ਸੀ ਇਹ ਗੱਡੀ ਸ਼ਿਮਲਾਪੁਰੀ ਨਹਿਰ ਤੇ ਰੋਕੀ ਗਈ ਸੀ ਤੇ ਮੇਰੇ ਨਾਲ 3-4 ਮੁਲਾਜ਼ਮਾਂ ਨੇ ਮਿਸਬਿਹੇਵ ਕੀਤਾ ਬੜੇ ਬੁਰੀ ਤਰ੍ਹਾਂ ਮੈਂ ਉਹਨਾਂ ਨੂੰ ਆਪਣਾ ਰੈਫਰੈਂਸ ਵੀ ਦਿੱਤਾ ਆਪਣੇ ਪਾਸ ਵੀ ਦਿੱਤਾ ਪਰ ਮੈਂ ਸਮਝਦਾ ਕਿ ਇੱਥੇ ਸੇਵਾ ਕਰਨ ਦਾ ਮੁੱਲ ਨਹੀਂ ਇੱਥੇ ਆਪਣੀਆਂ ਚੋਧਰਾਂ ਦੇ ਕਰਕੇ ਚਾਹੁੰਦੇ ਵੀ ਸਾਡੀਆਂ ਚੋਧਰਾਂ ਨਾਲ ਲੰਗਰ ਸਾਡੀ ਜਗ੍ਹਾ 'ਤੇ ਜਾਵੇ ਅਤੇ ਅਸੀਂ ਫਿਰ ਵੀ ਇਹਨਾਂ ਦੇ ਹਿਸਾਬ ਨਾਲ ਚੱਲੀ ਜਾਂਦੇ ਜਿੱਥੇ ਲੰਗਰ ਕਹਿੰਦੇ ਦੇਣ ਨੂੰ ਤਿਆਰ ਆ ਪਰ ਸਾਡੀ ਸੇਵਾ 'ਤੇ ਨਾ ਵਿਘਨ ਪਾਇਆ ਹੁਣ ਤੁਹਾਡੇ 'ਤੇ ਕੀ ਕਾਰਵਾਈ ਕੀਤੀ ਹੁਣ ਕੋਈ ਕਾਰਵਾਈ ਨਹੀਂ ਜੀ ਹੁਣ ਕਹਿੰਦੇ ਸਿਰਫ ਪੁੱਛਗਿੱਛ ਲਈ ਬੁਲਾਇਆ ਸੀ ਜਦ ਪੁੱਛਗਿੱਛ ਗਿੱਲ ਨਹਿਰ ਦੇ ਉੱਤੇ ਕਰ ਲਈ ਸੀ ਸਾਰੇ ਡਾਕੂਮੈਂਟ ਦਿਖਾ ਲਏ ਸੀਗੇ ਇਦਾਂ ਮਤਲਬ 2 ਘੰਟੇ ਇਹਨਾਂ ਨੇ ਖਰਾਬ ਕਰਤੇ ਇਹ ਕੀ ਚਾਹੁੰਦੇ ਵੀ ਲੋਕਾਂ ਦੇ ਭੁੱਖੇ ਲੋਕਾਂ ਦਾ ਲੰਗਰ ਨਾ ਪਹੁੰਚੇ ਤੁਹਾਡੇ ਨਾਲ ਕਿੰਨੇ ਜਣੇ ਸੀ ਕੁਛ ਜੀ ਮੇਰੇ ਨਾਲ ਕੋਈ ਵੀ ਨਹੀਂ ਜੀ ਮੈਂ ਇਕੱਲਾ ਸੀਗਾ ਜੀ ਏਐਸਆਈ ਸਾਹਿਬ ਅੱਗੇ ਖੜੇ ਸੀਗੇ ਉਹ ਨਾਲ ਉਸੇ ਵੇਲੇ ਇੱਕ ਮਿੰਟ ਅਗਲੇ ਮੋੜ ਤੇ ਖੜੇ ਸੀ ਉਹ ਲੈ ਲਏ ਉਹਨਾਂ ਤੋਂ ਬਾਅਦ ਏਐਸਆਈ ਨੂੰ ਫੋਨ ਕਰਕੇ ਏਐਸਆਈ ਸਾਹਿਬ ਤੋਂ ਦੁਬਾਰਾ ਬੁਲਾਇਆ ਗਿਆ ਪਹਿਲਾਂ ਇੱਕ ਵਾਰੀ ਛੱਡਦਾ ਦੁਬਾ�ਰਾ ਬੁਲਾ ਕੇ ਕਹਿੰਦੇ ਨਹੀਂ ਇਹਨਾਂ 'ਤੇ ਪਰਚਾ ਦਰਜ ਹੋਣਾ ਜੀ ਤੁਸੀਂ ਲੰਗਰ ਜਾਰੀ ਰੱਖੋਗੇ ਬਿਲਕੁਲ ਲੰਗਰ ਜਾਰੀ ਰੱਖਾਂਗੇ ਕਿ ਕੋਈ ਸੇਵਾ 'ਚ ਵਿਘਨ ਨਹੀਂ ਪਊਗਾ ਜੀ